ਅਜੀ ਤੂੰ ਰਿਜ਼ਾਈਨ ਹੋਈ ਜੀ ਅੱਛਾ ਤੂੰ ਰਿਜ਼ਾਈਨ ਦਾ ਮੁੰਡਾ ਕਹਿੰਦਾ ਠੰਡਾ ਬਿਠਾ ਮੈਂ ਤੂੰ ਲੈ ਚਲਾ ਗਿਆ ਜੀ ਅੱਛਾ ਉਹ ਤੂੰ ਗੱਲੀ ਕਰਦਾ ਮੈਂ ਕਰਦਾ ਗਿਆ ਜੀ ਹੋਕੇ ਲੈ ਲੈ ਰੋਂਦਾ ਇਹੋ ਬਦਨਸੀਬ ਪਿਓ ਹੈ ਜਿਸ ਤੋਂ ਲੁਟੇਰੇ 2.5 ਲੱਖ ਰੁਪਏ ਖੋ ਕੇ ਫਰਾਰ ਹੋ ਗਏ ਨੇ ਜੋ ਇਸਨੇ ਬੜੀ ਮਿਹਨਤ ਦੇ ਨਾਲ ਜਮ੍ਹਾਂ ਕੀਤੇ ਸਨ ਤੇ ਕਿਸੇ ਕਰਜ਼ਦਾਰ ਨੂੰ ਵਾਪਸ ਦੇਣੇ ਸਨ। ਆਪਣੇ ਪੁੱਤ ਦੇ ਨਾਲ ਬੈਂਕ ਤੋਂ ਪੈਸੇ ਕਢਵਾ ਕੇ ਇਹ ਸ਼ਖਸ ਜਦੋਂ ਆਪਣੇ ਰਿਸ਼ਤੇਦਾਰ ਨੂੰ ਪੈਸੇ ਦੇਣ ਲਈ ਜਾ ਰਿਹਾ ਸੀ ਤਾਂ ਰਾਹ ਦੇ ਵਿੱਚ ਪੁੱਤ ਨੇ ਕੋਲਡ ਡਰਿੰਕ ਪੀਣ ਦੀ ਗੱਲ ਆਖੀ। ਦੋਵੇਂ ਪਿਓ ਪੁੱਤ ਕੋਲਡ ਡਰਿੰਕ ਪੀਣ ਦੇ ਲਈ ਰੁਕ ਗਏ ਤਾਂ ਇਸੇ ਦੌਰਾਨ ਹੀ ਐਕਟਿਵਾ ਤੇ ਆਏ ਦੋ ਲੁਟੇਰਿਆਂ ਨੇ ਇਹਨਾਂ ਦੇ 2.5 ਲੱਖ ਰੁਪਏ ਖੋ ਲਏ ਤੇ ਉੱਥੋਂ ਫਰਾਰ ਹੋ ਗਏ। ਪਿਓ ਪੁੱਤ ਵੱਲੋਂ ਬਥੇਰੀ ਕੋਸ਼ਿਸ਼ ਕੀਤੀ ਗਈ ਇਹਨਾਂ ਲੁਟੇਰਿਆਂ ਨੂੰ ਫੜਨ ਦੀ ਪਰ ਉਹ ਰਫੂ ਚੱਕਰ ਹੋ ਗਏ। ਦਰਅਸਲ ਦੋਵੇਂ ਪਿਓ ਪੁੱਤ ਧੂਰੀ ਤੋਂ ਆ ਰਹੇ ਸਨ ਤੇ ਨਾਭੇ 'ਚ ਕਿਸੇ ਰਿਸ਼ਤੇਦਾਰ ਨੂੰ ਪੈਸੇ ਦੇਣ ਦੇ ਲਈ ਜਾ ਰਹੇ ਸਨ ਜਿਨ੍ਹਾਂ ਤੋਂ 2.5 ਲੱਖ ਦਾ ਕਰਜ਼ਾ ਲਿਆ ਸੀ ਤਾਂ ਹੁਣ ਕਰਜ਼ਾ ਵਾਪਸ ਮੋੜਨਾ ਸੀ। ਬੜੀ ਮਿਹਨਤ ਦੇ ਨਾਲ ਪਾਈ ਪਾਈ ਜੋੜ ਕੇ ਇਸ ਪਿਓ ਨੇ ਕਰਜ਼ਾ ਚੁਕਾਉਣ ਲਈ ਪੈਸੇ ਇਕੱਠੇ ਕੀਤੇ ਸਨ ਤੇ ਜਦੋਂ ਹੀ ਇਹ ਬੈਂਕ ਵਿੱਚੋਂ ਪੈਸੇ ਕਢਵਾ ਕੇ ਪਿਓ ਪੁੱਤ ਰਿਸ਼ਤੇਦਾਰ ਨੂੰ ਦੇਣ ਜਾ ਰਹੇ ਸਨ ਤਾਂ ਰਾਹ ਦੇ ਵਿੱਚ ਕੋਲਡ ਡਰਿੰਕ ਪੀਣ ਦੇ ਲਈ ਰੁਕ ਗਏ ਤਾਂ ਇਸੇ ਦੌਰਾਨ ਲੁਟੇਰਿਆਂ ਨੇ ਇਹਨਾਂ ਦਾ ਬੈਗ ਖੋਇਆ ਤੇ ਫਰਾਰ ਹੋ ਗਏ। ਉਸੇ ਬੈਗ ਦੇ ਵਿੱਚ 2.5 ਲੱਖ ਰੁਪਏ ਸਨ। ਹੁਣ ਇਸ ਪਿਓ ਦਾ ਹਾਲ ਦੇਖ ਨਹੀਂ ਹੁੰਦਾ ਜੋ ਰੋ ਰੋ ਗੁਹਾਰ ਲਗਾ ਰਿਹਾ ਹੈ ਕਿ ਚੋਰ ਫੜੇ ਜਾਣ ਜਾਂ ਨਾ ਫੜੇ ਜਾਣ ਪਰ ਉਹਨਾਂ ਦਾ ਪੈਸਾ ਉਹਨਾਂ ਨੂੰ ਵਾਪਸ ਕਰ ਦਿੱਤਾ ਜਾਏ ਜੋ ਉਹਨਾਂ ਨੇ ਕਰਜ਼ਾ ਚੁਕਾਉਣ ਲਈ ਰੱਖਿਆ ਸੀ। ਦੱਸਿਆ ਜਾ ਰਿਹਾ ਕਿ ਐਕਟਿਵਾ ਦੇ ਉੱਤੇ ਦੋ ਵਿਅਕਤੀ ਤੇ ਇੱਕ ਔਰਤ ਵੀ ਸਵਾਰ ਸੀ ਜਿਨ੍ਹਾਂ ਨੇ ਇਸ ਪਿਓ ਪੁੱਤ ਤੋਂ 2.5 ਲੱਖ ਰੁਪਏ ਲੁੱਟੇ ਤੇ ਉੱਥੋਂ ਰਫੂ ਚੱਕਰ ਹੋ ਗਏ। ਫਿਲਹਾਲ ਪਿਓ ਪੁੱਤ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ। ਇਸ ਦੌਰਾਨ ਇੱਕ CCTV ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਇਹ ਚੋਰ ਐਕਟਿਵਾ ਦੇ ਉੱਤੇ ਭੱਜਦੇ ਹੋਏ ਨਜ਼ਰ ਆਏ ਨੇ। ਇੱਕ ਗਲੀ ਦੇ ਵਿੱਚ ਉਹ ਐਕਟਿਵਾ ਤੇ ਸਵਾਰ ਇਹ ਦੋ ਚੋਰ ਤੇ ਇੱਕ ਔਰਤ ਨਜ਼ਰ ਆਏ ਨੇ ਜੋ ਫਰਾਰ ਹੋਏ ਨੇ। ਲੁੱਟ ਕਰਨ ਤੋਂ ਬਾਅਦ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਤੇ ਇਸੇ ਦੇ ਆਧਾਰ ਤੇ ਹੀ ਪੁਲਿਸ ਇਹਨਾਂ ਲੁਟੇਰਿਆਂ ਦੀ ਤਲਾਸ਼ ਕਰ ਰਹੀ ਹੈ। ਮੇਰੇ ਬੇਟਾ ਸੀ ਜਦੋਂ ਨਾਲ ਮੰਡੀ ਵਾਲਾ ਮੋੜ ਤੇ ਏਰੀਆ ਕਿਹੜਾ ਦੱਸੋ ਜੀ ਆ ਦੱਸੋ ਏਰੀਆ ਕੀ ਕਰ ਰਹੇ ਸੀ ਏਰੀਆ ਅਸੀਂ ਧੂਰੀ ਤੋਂ ਆਏ ਸੀਗੇ ਜੀ ਅੱਛਾ ਧੂਰੀ ਤੋਂ ਆਉਂਦਾ ਮੁੰਡਾ ਕਹਿੰਦਾ ਠੰਡਾ ਪੀਣਾ ਹੈ ਮੈਂ ਤਾਂ ਲੈ ਚਲਾ ਗਿਆ ਜੀ ਅੱਛਾ ਉਹ ਮੈਂ ਤਾਂ ਗਲੀ ਵਿੱਚੋਂ ਨਿਕਲ ਕੇ ਭੱਜਿਆ ਜੀ ਇਹ ਬੈਗ ਕੌਣ ਲੈ ਗਿਆ ਖੋ ਕੇ ਉਹ ਮੁੰਡੇ ਉਹ ਕਾਹਦੇ ਤੇ ਸੀ ਉਹ ਤੁਰ ਕੇ ਆਇਆ ਸੀਗਾ ਜੀ ਤੁਰ ਕੇ ਗਲੀ ਵਿੱਚੋਂ ਭੱਜਿਆ ਮੂਰੇ ਕੋਈ ਖੜਾ ਰੱਖੇ ਹੋਣਗੇ ਉਹ ਲੈ ਕੇ ਨਾਲ ਚਲੇ ਜੀ ਪਰ ਜਿਹੜੀ ਆ CCTV ਆ ਉਹਦੇ 'ਚ ਤਾਂ ਉਹ ਆ ਰਹੇ ਨੇ ਐਕਟਿਵਾ ਦੇ ਇੱਕ ਲੇਡੀ ਵੀ ਆ ਗਲੀ ਦੇ ਵਿੱਚ ਐਕਟਿਵਾ ਖੜਾ ਰੱਖੀ ਉਹਨਾਂ ਨੇ ਜੀ ਅੱਛਾ ਮੁੰਡਾ ਗਲੀ ਵਿੱਚੋਂ ਨਿਕਲ ਕੇ ਆਇਆ ਉੱਥੇ ਬੈਠ ਕੇ ਪਾਰ ਗਏ ਜੀ ਅੱਛਾ ਤੁਸੀਂ ਪੁਲਿਸ ਨੂੰ ਇਤਲਾਹ ਦਿੱਤੀ ਹੈ ਉਸ ਨੂੰ ਜੀ ਜੀ ਅੱਛਾ ਮੰਗ ਦੇਖੋ ਜੀ ਫੜਾ ਜਾ ਪੈਸੇ ਦੇ ਮਰਾਦ ਸਾਨੂੰ ਸਾਨੂੰ ਹੋਰ ਕੀ ਜੀ ਇਹਨੂੰ ਦੇਣੇ ਸੀ 2.5 ਲੱਖ ਰੁਪਇਆ ਕਾਹਦੇ ਵਾਸਤੇ ਲੈ ਕੇ ਆਏ ਸੀ 2.5 ਲੱਖ ਅਸੀਂ ਸ਼ਰਮਾ ਜੀ ਨੂੰ ਦੇਣੇ ਮੈਨੂੰ ਅੱਛਾ ਅਸੀਂ ਇਹਨਾਂ ਨੂੰ ਲੈ ਕੇ ਗਏ ਸੀਗੇ ਜੀ ਅੱਛਾ ਅਸੀਂ ਸਵੇਰੇ ਮੈਂ ਬੈਂਕ ਤੋਂ ਕਢਾ ਕੇ ਲਿਆ ਜੀ ਅੱਛਾ ਤੁਸੀਂ ਉਹ ਬੈਂਕ ਤੋਂ ਕਢਾ ਕੇ ਲੈ ਗਏ ਹਾਂਜੀ ਕਿੱਥੇ ਰਹਿਣ ਵਾਲੇ ਹੋ ਧੂਰੀ ਦੇ ਕੌਣ ਕੌਣ ਆਇਆ ਸੀ ਅੱਜ ਨਾਭੇ ਮੈਂ ਤੇ ਮੇਰਾ ਡੈਡੀ ਕਿੰਨੇ ਪੈਸੇ ਸੀ ਤੁਹਾਡੇ ਕੋਲ 2.5 ਲੱਖ ਕਾਹਦੇ ਵਿੱਚ ਸੀ ਮੋਟਰਸਾਈਕਲ ਤੇ ਕੌਣ ਲੈ ਗਿਆ ਖੋ ਕੇ ਕਿੱਥੇ ਦੀ ਗੱਲ ਹੈ ਇਹ ਨਾਭੇ ਦੀ ਗੱਲ ਹੈ ਜੀ ਅੱਛਾ ਮੰਡੀ ਦੇ ਕੋਲ ਹਾਂਜੀ ਮੰਡੀ ਦੇ ਕੀ ਕਰ ਰਹੇ ਸੀ ਤੁਸੀਂ ਉਦੋਂ ਅਸੀਂ ਬਾਈਕ ਤੇ ਜਾ ਰਹੇ ਅੱਛਾ ਤੇ ਕੀ ਖੋ ਕੇ ਲੈ ਗਏ ਹਾਂਜੀ ਕਿੰਨੇ ਜਣੇ ਸੀ ਉਹ 3 ਜਣੇ ਸੀ ਅੱਛਾ ਫਿਰ ਉਸ ਤੋਂ ਬਾਅਦ ਬਸ ਉਸ ਤੋਂ ਬਾਅਦ ਜੀ 1 ਜਣੇ ਨੇ ਖੋ ਕੇ ਜਾ ਕੇ ਐਕਟਿਵਾ ਤੇ ਭੱਜ ਗਏ 3 ਜਣੇ ਐਕਟਿਵਾ ਤੇ ਜੀ
ਅੱਛਾ ਹਾਂਜੀ ਦੋ ਬੰਦੇ ਸੀ ਇੱਕ ਲੇਡੀ ਸੀ ਉਹਨਾਂ ਦਾ ਪੂਰੀ ਸ਼ਿਪਰ ਮਹੱਲਾ ਜੀ ਇੱਥੇ 2.5 ਲੱਖ ਰੁਪਿਆ ਕਿਸੇ ਨੂੰ ਮੋੜਨਾ ਸੀ ਹਾਂਜੀ ਕਿਹਨੂੰ ਸਾਡੇ ਰਿਐਲਟੀ ਵੀ ਸੀ ਪਹਿਲਾਂ ਵੀ ਆਉਂਦੇ ਜਾਂਦੇ ਰਹਿੰਦੇ ਹੋ ਕਿ ਪਹਿਲੀ ਵਾਰੀ ਆਏ ਹੋ ਨਹੀਂ ਪਹਿਲਾਂ ਵੀ ਆਉਂਦੇ ਰਹਿੰਦੇ ਆ ਅੱਛਾ ਇਹਦਾ ਸੀਸੀਟੀਵੀ ਦੇਖਿਆ ਤੁਸੀਂ ਉਹਦੇ ਚ ਦਿਖ ਰਿਹਾ ਹਾਂਜੀ ਉਹਦੇ ਵਿੱਚ ਦਿਖਦਾ ਰਿਹਾ ਜੀ ਪਰ ਮਿਲੇ ਨਹੀਂ ਆਏ ਉਹਨਾਂ ਦੀ ਮਤਲਬ ਜਿਹੜੀ ਐਕਟਿਵਾ ਉਹਦਾ ਨੰਬਰ ਨਹੀਂ ਕਲੀਅਰ ਆ ਰਿਹਾ ਅੱਛਾ ਉਹ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਲੇਡੀਜ਼ ਆ ਦੋ ਮੁੰਡੇ ਨੇ ਉਹ ਵੀ ਦਿਖ ਰਹੇ ਨੇ ਉਹਦੇ ਤੇ ਹਾਂਜੀ ਮੰਗ ਕੀ ਕਰਦੇ ਹੋ ਹੁਣ ਤੁਸੀਂ ਪੁਲਿਸ ਨੂੰ ਮੰਗ ਇਹੀ ਕਰਦੇ ਹਾਂਜੀ ਮੰਗ ਅਸੀਂ ਇਹੀ ਕਰਦੇ ਹਾਂ ਵੀ ਬੰਦੇ ਜਲਦ ਲੱਭੇ ਜਾਣ ਪੁਲਿਸ ਲੱਭ ਰਹੀ ਹੈ ਜੀ ਸਾਡੇ ਨਾਲ ਆਇਆ ਤਾਂ ਅੱਛਾ ਹਾਂਜੀ ਪਰ ਮਿਲ ਨਹੀਂ ਰਿਹਾ ਨੰਬਰ ਕਲੀਅਰ ਨਹੀਂ ਆ ਰਿਹਾ ਇਹ ਜੀ ਦੀਪਕ ਸ਼ਰਮਾ ਵਾਸੀ ਧੂਰੀ ਨੇ ਸਾਡੇ ਕੋਲ ਸਲਾਹ ਦਿੱਤੀ ਹੈ ਵੀ 2.5 ਲੱਖ ਰੁਪਇਆ ਕੋਈ ਅਸੀਂ ਨਾਭੇ ਦੇਣ ਆ ਰਹੇ ਸੀਗੇ ਵੀ ਉਹ ਕੋਈ ਲੇਗਾ ਇਹਨਾਂ ਦਾ ਲਿਫਾਫਾ ਅਤੇ ਉਸ ਸੰਬੰਧੀ ਇਹਨਾਂ ਨੇ ਸਲਾਹ ਦਿੱਤੀ ਹੈ ਉਹਦੀ ਕਾਰਵਾਈ ਅਸੀਂ ਪਾਲ ਜਾ ਰਹੀ ਹੈ ਨਹੀਂ ਸੀ ਸੀ ਟੀ ਵੀ 'ਚ ਆਏ ਤਾਂ ਹੈਗੇ ਨੇ ਪਰ ਕਲੀਅਰ ਨੰਬਰ ਨਹੀਂ ਆ ਰਿਹਾ ਉਹਨਾਂ ਦਾ ਨਾ ਉਹਨਾਂ ਦੇ ਫੇਸ ਨਜ਼ਰ ਆ ਰਹੇ ਖੈਰ ਮੁਤਾਬਕ ਉਹ ਖੋ ਕਰਕੇ ਅੱਗੇ ਸਕੂਟਰੀ ਖੜਾਈ ਪਈ ਸੀ ਉਹਨੇ ਬਹਿ ਕੇ ਫਰਾਰ ਹੋ ਗਏ ਹਾਂ ਉਸੇ ਸੰਬੰਧ 'ਚ ਸੀ ਸੀ ਟੀ ਵੀ ਕੈਮਰੇ ਦੇਖ ਰਹੇ ਜਿਵੇਂ ਵੀ ਕੋਈ ਮਿਲਦੀ ਹੈ ਤਲਾ ਉਸ ਮੁਤਾਬਕ ਕਾਰਵਾਈ ਕਰਦਾ